ਹੈਲੋ ਸਟੂਡੈਂਟਸ, ਤੁਹਾਨੂੰ ਪਤਾ ਹੀ ਹੈ ਜਿੱਦਾਂ ਕਿ ਆਪਣਾ ਫਿਜ਼ੀਕਲ ਐਜੂਕੇਸ਼ਨ ਦੇ ਪੀਐਸ ਟੈਟ ਦੇ ਲੈਕਚਰ ਚੱਲ ਰਹੇ ਨੇ। ਅੱਜ ਆਪਣਾ ਚੌਥਾ ਲੈਕਚਰ ਹੈਗਾ ਏਸ਼ੀਅਨ ਗੇਮ ਬਾਰੇ। ਹਾਂਜੀ ਆਇਓ, ਏਸ਼ੀਅਨ ਗੇਮ ਏਸ਼ੀਅਨ ਖੇਡਾਂ ਜਿਸ ਨੂੰ ਇਤਿਹਾਸ ਵੀ ਕਿਹਾ ਜਾਂਦਾ ਹੈ। ਏਸ਼ੀਅਨ ਗੇਮਾਂ ਨੂੰ ਕੀ ਕਹਿੰਦਾ? ਇਤਿਹਾਸ ਵੀ ਕਿਹਾ ਜਾਂਦਾ ਹੈ। ਏਸ਼ੀਆ ਮਹਾਂਦੀਪ ਦੇ ਸਾਰੇ ਦੇਸ਼, ਏਸ਼ੀਆ ਮਹਾਂਦੀਪ ਦੇ ਸਾਰੇ ਦੇਸ਼ਾਂ ਵਿਚਕਾਰ ਇੱਕ ਅੰਤਰਰਾਸ਼ਟਰੀ ਮੁਕਾਬਲਾ ਹੁੰਦਾ ਹੈ। ਏਸ਼ੀਆ ਮਹਾਂਦੀਪ ਦੇ ਸਾਰੇ ਦੇਸ਼ਾਂ ਵਿਚਕਾਰ ਇੱਕ ਅੰਤਰਰਾਸ਼ਟਰੀ ਮੁਕਾਬਲਾ ਹੁੰਦਾ, ਜਿਹਨਾਂ ਨੂੰ ਕੀ ਬੋਲਦੇ ਹਨ? ਏਸ਼ੀਅਨ ਖੇਡਾਂ। ਪਹਿਲੀਆਂ ਖੇਡਾਂ 1951 ਤੋਂ 1978 ਤੱਕ ਏਸ਼ੀਅਨ ਗੇਮ ਫੈਡਰੇਸ਼ਨ ਦੀ ਸਰਪ੍ਰਸਤੀ ਖੇਡ ਖੇਡੀਆਂ ਗਈਆਂ। ਜਿਹੜੀਆਂ ਪਹਿਲੀਆਂ ਏਸ਼ੀਅਨ ਖੇਡਾਂ ਸੀਗੀਆਂ ਉਹ ਕਿਹਦੀ ਸਰਪ੍ਰਸਤੀ ਵਿੱਚ ਖੇਡੀਆਂ ਗਈਆਂ? ਏਸ਼ੀਅਨ ਗੇਮ ਫੈਡਰੇਸ਼ਨ ਦੇ। ਹਾਂਜੀ, ਬਾਅਦ ਵਿੱਚ ਇਸ ਖੇਡ ਨੂੰ ਓਲੰਪਿਕ ਕੌਂਸਲ ਆਫ ਏਸ਼ੀਆ ਦੁਆਰਾ ਆਯੋਜਿਤ ਕੀਤਾ ਗਿਆ। ਬਾਅਦ ਵਿੱਚ ਇਸ ਨੂੰ ਓਲੰਪਿਕ ਕੌਂਸਲ ਆਫ ਏਸ਼ੀਆ ਦੁਆਰਾ ਕੀ ਹੈ? ਆਯੋਜਿਤ ਕੀਤਾ ਗਿਆ। ਹਾਂਜੀ, ਇਸ ਨੂੰ ਓਲੰਪਿਕ ਤੋਂ ਬਾਅਦ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਅੰਤਰਰਾਸ਼ਟਰੀ ਬਹੁ ਆਯਾਮੀ ਖੇਡ ਸਮਾਗਮ ਮੰਨਿਆ ਜਾਂਦਾ ਹੈ। ਜਿਹੜੀ ਏਸ਼ੀਅਨ ਗੇਮਾਂ ਹੈਗੀਆਂ ਇਹਨਾਂ ਕੀ ਓਲੰਪਿਕ ਤੋਂ ਬਾਅਦ ਦੂਜੇ ਨੰਬਰ ਦੀਆਂ ਸਭ ਤੋਂ ਵੱਡਾ ਅੰਤਰਰਾਸ਼ਟਰੀ ਮੁਕਾਬਲਾ ਮੰਨਿਆ ਜਾਂਦਾ ਹੈ। ਹਾਂਜੀ, ਜੀ ਡੀ ਸੋਂਧੀ ਨੂੰ ਕੀ ਹੈ? ਏਸ਼ੀਅਨ ਖੇਡਾਂ ਦਾ ਪਿਤਾਮਾ ਮੰਨਿਆ ਜਾਂਦਾ ਹੈ। ਜੀ ਡੀ ਸੋਂਧੀ ਕੌਣ ਸਨ? ਏਸ਼ੀਅਨ ਖੇਡਾਂ ਦੇ ਫਾਦਰ। ਏਸ਼ੀਅਨ ਖੇਡਾਂ ਫਾਦਰ ਕੌਣ ਹਨ? ਜੀ ਡੀ ਸੋਂਧੀ। ਇਹ ਕੁਸ਼ਚਨ ਬਹੁਤ ਵਾਰੀ ਰਿਪੀਟ ਹੋਇਆ ਕਿ ਜੀ ਡੀ ਸੋਂਧੀ ਕੌਣ ਹਨ ਜਾਂ ਏਸ਼ੀਅਨ ਖੇਡਾਂ ਦੇ ਪਿਤਾਮਾ ਕਿਹਨੂੰ ਮੰਨਿਆ ਜਾਂਦਾ ਹੈ? ਜੀ ਡੀ ਸੋਂਧੀ ਨੂੰ। ਹਾਂਜੀ, ਏਸ਼ੀਅਨ ਗੇਮਾਂ ਜਿਹੜੇ ਪਹਿਲੇ ਪ੍ਰੈਜੀਡੈਂਟ ਸਨ ਕੌਣ ਸਨ? ਮਹਾਰਾਜਾ ਯਾਦਵਿੰਦਰ ਸਿੰਘ। ਮਹਾਰਾਜਾ ਯਾਦਵਿੰਦਰ ਸਿੰਘ ਪਹਿਲੇ ਪ੍ਰਧਾਨ ਸਨ। ਹਾਂਜੀ, ਜਿਹੜੇ ਸਭ ਤੋਂ ਪਹਿਲਾਂ ਅਥਲੀਟ ਦੀ ਜਿਹੜੀ ਸੋਚ ਚੁੱਕੀ ਸੀ, ਐਥਲੈਟਿਕਸ ਜਿਹੜੀ ਔਰਤ ਸੀ, ਕਿਸਨੇ ਲਈ ਸੀਗੀ? ਬਲਦੇਵ ਸਿੰਘ ਨੇ। ਕਿਹਨੇ ਲਈ ਸੀ? ਬਲਦੇਵ ਸਿੰਘ ਨੇ। ਹਾਂਜੀ, ਟੋਰਚ ਲਾਈਟ ਦਾ ਕੌਣ ਸੰਬੰਧਤ ਹੈ ਟੋਰਚ ਲਾਈਟ ਨਾਲ? ਦਲੀਪ ਸਿੰਘ। ਦਲੀਪ ਸਿੰਘ ਕੀ ਹੈ? ਟੋਰਚ ਲਾਈਟ ਨਾਲ ਸੰਬੰਧਤ ਹੈ। ਹਾਂਜੀ, ਮੁੱਖ ਸਥਾਨ ਪਹਿਲੀਆਂ ਓਲੰਪਿਕ ਗੇਮ ਪਹਿਲੀਆਂ ਏਸ਼ੀਅਨ ਖੇਡਾਂ ਮੁੱਖ ਸਥਾਨ ਕਿਹੜਾ ਹੈ? ਨੈਸ਼ਨਲ ਸਟੇਡੀਅਮ ਦਿੱਲੀ ਵਿੱਚ ਹੋਈਆਂ। ਕਿੱਥੇ ਹੋਈਆਂ? ਨੈਸ਼ਨਲ ਸਟੇਡੀਅਮ ਵਿੱਚ। ਹਾਂਜੀ, ਦੁਬਾਰਾ ਫਿਰ ਦੱਸਣ ਲੱਗਿਆ, ਏਸ਼ੀਅਨ ਖੇਡਾਂ ਨੂੰ ਜਿਸ ਲਈ ਏਸ਼ੀਆਡ ਵੀ ਕਿਹਾ ਜਾਂਦਾ ਹੈ, ਪਹਿਲੀਆਂ ਏਸ਼ੀਅਨ ਖੇਡਾਂ 1951 ਤੋਂ 1978 ਤੱਕ ਏਸ਼ੀਅਨ ਗੇਮ ਫੈਡਰੇਸ਼ਨ ਦੇ ਅੰਦਰ ਹੋਈਆਂ, ਬਾਅਦ ਵਿੱਚ ਓਲੰਪਿਕ ਕੌਂਸਲ ਆਫ ਏਸ਼ੀਆ ਦੁਆਰਾ ਆਯੋਜਿਤ ਕਰਵਾਈਆਂ ਗਈਆਂ। ਇਸਦੇ ਫਾਦਰ ਹਨ ਜੀ ਡੀ ਸੋਂਧੀ। ਹਾਂਜੀ, ਪਹਿਲੇ ਪ੍ਰਧਾਨ ਮਹਾਰਾਜਾ ਯਾਦਵਿੰਦਰ ਸਿੰਘ। ਪਹਿਲੀਆਂ ਏਸ਼ੀਅਨ ਗੇਮਾਂ, ਇਹ ਕੁਸ਼ਚਨ ਬਹੁਤ ਵਾਰੀ ਪੁੱਛਿਆ ਗਿਆ ਕਿ ਪਹਿਲੀਆਂ ਏਸ਼ੀਅਨ ਗੇਮਾਂ ਕਦੋਂ ਹੋਈਆਂ? 4 ਮਾਰਚ ਤੋਂ
11 मार्च 1951 में, 4 मार्च तो 11 मार्च 1951 ਵਿੱਚ। ਹਾਂਜੀ ਏਸ਼ੀਅਨ ਖੇਡਾਂ ਕੁੱਲ 8 ਦਿਨ ਦੀਆਂ ਚੱਲਦੀਆਂ ਹਨ, ਕਿੰਨੇ ਦਿਨ ਹੁੰਦੀਆਂ ਨਾ 8 ਦਿਨ ਹੀ ਚੱਲਦੀਆਂ ਹਨ। ਇਹ ਰੂਲ ਜਿਹੜਾ ਸੀਗਾ 1982 ਤੋਂ ਬਾਅਦ ਓਲੰਪਿਕ ਕੌਂਸਲ ਆਫ ਏਸ਼ੀਆ ਦੁਆਰਾ ਬਣਾਇਆ ਗਿਆ। ਇਹ ਨਿਯਮ ਕਦੋਂ ਬਣਾਇਆ ਸੀ, ਕਦੋਂ ਰੂਲ ਬਣਾਇਆ ਸੀ, 1982 ਵਿੱਚ। ਕਿਹਨਾਂ ਦੁਆਰਾ ਬਣਾਇਆ ਗਿਆ, ਓਲੰਪਿਕ ਕੌਂਸਲ ਆਫ ਏਸ਼ੀਆ ਦੁਆਰਾ। ਹਾਂਜੀ ਏਸ਼ੀਅਨ ਖੇਡਾਂ ਵਿੱਚ ਜਿਹੜਾ ਏਸ਼ੀਅਨ ਖੇਡਾਂ ਵਿੱਚ ਝੰਡੇ ਦੇ ਪਿਛੋਕੜ ਮਤਲਬ ਕੀ ਹੈ, ਬੈਕਗ੍ਰਾਉਂਡ, ਬੈਕਗ੍ਰਾਉਂਡ ਕੀ ਸੀਗਾ, ਕਲਰ ਆਫ ਵਾਈਟ, ਜਿਹੜਾ ਝੰਡੇ ਦਾ ਜਿਹੜਾ ਪਿਛੋਕੜ ਹੈ, ਝੰਡੇ ਦਾ ਪਿਛੋਕੜ ਕੀ ਹੈ, ਚਿੱਟੇ ਰੰਗ ਦਾ ਹੁੰਦਾ ਹੈਗਾ। ਬੈਕਗ੍ਰਾਉਂਡ ਕਲਰ ਆਫ ਦਾ ਫਲੈਗ ਇਜ ਵਾਈਟ, ਜਿਹੜਾ ਕੀ ਹੈ ਬੈਕਗ੍ਰਾਉਂਡ ਕੀ ਹੁੰਦਾ, ਵਾਈਟ ਕਲਰ ਦਾ ਹੁੰਦਾ ਹੈ, ਜਿਸ ਉੱਤੇ ਚੜ੍ਹਦੇ ਸੂਰਜ ਨੂੰ ਦਰਸਾਇਆ ਗਿਆ ਹੈ, ਜਿਸ ਉੱਤੇ ਕੀ ਹੈ ਚੜ੍ਹਦੇ ਸੂਰਜ ਨੂੰ ਦਰਸਾਇਆ ਗਿਆ ਹੈਗਾ। ਤੇ ਕੁੱਲ 16 ਕਿਰਨਾਂ ਹੁੰਦੀਆਂ ਹਨ, ਇਹ ਵੀ ਕੁਸ਼ਚਨ ਪੁੱਛਿਆ ਗਿਆ ਹੈ ਵੀ ਇਹਦਾ ਓਲੰਪਿਕ ਝੰਡੇ ਤੇ ਵਾਈਟ ਜਿਹੜੇ ਕੀ ਵਾਈਟ ਝੰਡਾ ਹੁੰਦਾ ਜਿਹੜਾ, ਉਸ ਉੱਪਰ ਕੀ ਚੜ੍ਹਦਾ ਸੂਰਜ ਦਿਖਾਇਆ ਗਿਆ ਹੈ, ਉਸਦੀ ਕਿਰਨਾਂ ਕਿੰਨੀਆਂ ਕਿਰਨਾਂ ਹੁੰਦੀਆਂ ਹਨ, 16 ਹੁੰਦੀਆਂ ਹਨ। ਹਾਂਜੀ ਏਸ਼ੀਅਨ ਖੇਡਾਂ ਦਾ ਮੋਟੋ ਵੈਰੀ ਵੈਰੀ ਇੰਪੋਰਟੈਂਟ, ਏਸ਼ੀਅਨ ਖੇਡਾਂ ਦਾ ਮੋਟੋ ਬੜੇ ਪੇਪਰਾਂ ਚ ਵਾਰ ਵਾਰ ਪੁੱਛਿਆ ਗਿਆ ਹੈ, ਐਵਰੀ ਆਨਵਰਡਸ, ਐਵਰੀ ਐਵਰ ਆਨਵਰਡਸ। ਹਾਂਜੀ ਐਵਰ ਆਨਵਰਡਸ। ਹਾਂਜੀ ਪਹਿਲੀ ਕਮਲਜੀਤ ਸੰਧੂ 1970 ਵਿੱਚ ਏਸ਼ੀਆ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਵਾਲੀ ਕਿਹੜੀ ਹੈ, ਪਹਿਲੀ ਭਾਰਤੀ ਮਹਿਲਾ ਸੀਗੀ। ਕਮਲਜੀਤ ਸੰਧੂ ਕੌਣ ਸੀ, ਇਹ ਵੀ ਕੁਸ਼ਚਨ ਬਹੁਤ ਪੁੱਛਿਆ ਗਿਆ। ਕਮਲਜੀਤ ਸੰਧੂ ਪਹਿਲੀ ਭਾਰਤੀ ਮਹਿਲਾ ਸੀ ਜਿਸਨੇ ਕੀ ਹੈ ਏਸ਼ੀਅਨ ਗੇਮਾਂ ਵਿੱਚ ਗੋਲਡ ਮੈਡਲ ਜਿੱਤਿਆ। ਹਾਂਜੀ ਕਦੋਂ ਜਿੱਤਿਆ, 1970 ਵਿੱਚ। 1978 ਤੱਕ ਇਹ ਗੇਮਾਂ ਏਸ਼ੀਅਨ ਗੇਮ ਫੈਡਰੇਸ਼ਨ ਦੀ ਅਗਵਾਈ ਵਿੱਚ ਕਰਵਾਈਆਂ ਗਈਆਂ, ਪਰ 1982 ਤੋਂ ਇਹ ਓਲੰਪਿਕ ਕੌਂਸਲ ਆਫ ਏਸ਼ੀਆ ਦੁਆਰਾ ਆਯੋਜਿਤ ਕੀਤੀਆਂ ਗਈਆਂ। ਕਿਸ ਦੁਆਰਾ, ਓਲੰਪਿਕ ਕੌਂਸਲ ਆਫ ਏਸ਼ੀਆ ਦੁਆਰਾ। ਹਾਂਜੀ ਇਜ਼ਰਾਈਲ 1973 ਤੋਂ ਏਸ਼ੀਅਨ ਗੇਮ ਖੇਡਾਂ ਤੋਂ ਬਾਹਰ ਹੈ, ਇਜ਼ਰਾਈਲ ਕਦੋਂ ਤੋਂ ਬਾਹਰ ਹੈਗਾ, 1973 ਤੋਂ ਏਸ਼ੀਅਨ ਖੇਡਾਂ ਤੋਂ ਬਾਹਰ ਹੈ। ਹਾਂਜੀ ਅੱਗੇ ਆਪਾਂ ਗੱਲ ਕਰਾਂਗੇ 18ਵੀਆਂ ਏਸ਼ੀਅਨ ਖੇਡਾਂ। ਹਾਂਜੀ ਜਕਾਰਤਾ ਪਾਲਮਿੰਗ ਇਹ ਖੇਡਾਂ ਇੰਡੋਨੇਸ਼ੀਆ ਦੇ ਦੋ ਸ਼ਹਿਰਾਂ ਜਕਾਰਤਾ ਪਲੇਮਬੰਗ ਵਿੱਚ ਖੇਡੀਆਂ ਗਈਆਂ। ਇਹ ਖੇਡਾਂ ਕਿੱਥੇ ਦੇ ਦੋ ਸ਼ਹਿਰਾਂ 'ਚ ਹੋਈਆਂ, ਜਕਾਰਤਾ ਨੂੰ ਪਲੇਮਬੰਗ ਵਿੱਚ ਖੇਡੀਆਂ ਗਈਆਂ। ਹਾਂਜੀ 67 ਸਾਲ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਕੀ ਹੈ ਦੋ
ਸ਼ਹਿਰਾਂ ਨੇ ਏਸ਼ੀਆਈ ਖੇਡਾਂ ਦੀ ਮੇਜ਼ਬਾਨੀ ਕੀਤੀ। 67 ਸਾਲ ਤੋਂ ਕੀ ਹੈ ਇਹ ਗੇਮਾਂ ਕਦੇ ਵੀ ਦੋ ਸ਼ਹਿਰਾਂ ਵਿੱਚ ਨਹੀਂ ਹੋਈਆਂ ਸਨ, ਦੋ ਸ਼ਹਿਰਾਂ ਨੇ ਏਸ਼ੀਅਨ ਖੇਡਾਂ ਦੀ ਮੇਜ਼ਬਾਨੀ ਕੀਤੀ। ਹਾਂਜੀ, ਇਸ ਵਾਰ ਏਸ਼ੀਅਨ ਖੇਡਾਂ ਵਿੱਚ 40 ਖੇਡਾਂ ਵਿੱਚ 400 ਮੁਕਾਬਲੇ ਸ਼ਾਮਿਲ ਸਨ। ਇਸ ਵਾਰ ਏਸ਼ੀਅਨ ਖੇਡਾਂ ਵਿੱਚ 40 ਖੇਡਾਂ ਵਿੱਚ 400 ਮੁਕਾਬਲੇ ਸ਼ਾਮਿਲ ਸਨ। ਹਾਂਜੀ, ਇਹ ਖੇਡਾਂ ਪਹਿਲਾਂ ਵੀਅਤਨਾਮ ਦੇ ਹਨੋਈ ਵਿੱਚ ਹੋਣ ਵਾਲੀਆਂ ਸਨ, ਪਰ ਉਹਨਾਂ ਦੀ ਆਰਥਿਕ ਸਥਿਤੀ ਕਾਰਨ ਇਹ ਇੰਡੋਨੇਸ਼ੀਆ ਵਿੱਚ ਕਰਵਾਈਆਂ ਗਈਆਂ। ਇਹ ਜਿਹੜੀਆਂ 18ਵੀਆਂ ਏਸ਼ੀਅਨ ਗੇਮਾਂ ਸਨ ਉਹ ਕਿੱਥੇ ਹੋਣੀਆਂ ਸਨ? ਪਹਿਲਾਂ ਵੀਅਤਨਾਮ ਦੇ ਹਨੋਈ ਵਿੱਚ ਹੋਣੀਆਂ ਸਨ, ਪਰ ਉਹਨਾਂ ਦੀ ਕੀ ਆਰਥਿਕ ਸਥਿਤੀ ਠੀਕ ਨਹੀਂ ਸੀ, ਬਾਅਦ ਵਿੱਚ ਕੀ ਹੈ ਇੰਡੋਨੇਸ਼ੀਆ ਵਿੱਚ ਕਰਵਾਈਆਂ ਗਿਆ। ਹਾਂਜੀ, ਏਸ਼ੀਅਨ ਖੇਡਾਂ ਵਿੱਚ ਇਸ ਵਾਰ ਕੁੱਲ 45 ਦੇਸ਼ਾਂ ਨੇ ਭਾਗ ਲਿਆ। ਇਸ ਵਾਰ ਕਿੰਨੇ ਦੇਸ਼ਾਂ ਨੇ ਭਾਗ ਲਿਆ? 45 ਦੇਸ਼ਾਂ ਨੇ ਭਾਗ ਲਿਆ। ਹਾਂਜੀ, ਮੋਟੋ 18ਵੀਆਂ ਏਸ਼ੀਅਨ ਗੇਮਾਂ ਦਾ ਮੋਟੋ ਕੀ ਸੀਗਾ? ਐਨਰਜੀ ਆਫ ਏਸ਼ੀਆ, ਏਸ਼ੀਆ ਦੀ ਊਰਜਾ। ਹਾਂਜੀ, ਇਹਦਾ ਮਾਸਕਟ 18ਵੀਆਂ ਖੇਡਾਂ ਦਾ ਮਾਸਕਟ ਕੀ ਸੀਗਾ? ਪਿਲਪਿਲ, ਕਾਕਾ ਤੇ ਅਤੁੰਗ। ਪਿਲਪਿਲ, ਕਾਕਾ ਤੇ ਅਤੁੰਗ। ਹਾਂਜੀ, 18ਵੀਆਂ ਏਸ਼ੀਅਨ ਖੇਡਾਂ ਦੀ ਤਗਮਾ ਸੂਚੀ, ਪਹਿਲੇ ਨੰਬਰ ਤੇ ਕਿਹਦਾ ਸੀਗਾ? ਚਾਈਨਾ ਰਿਹਾ, ਕਿੰਨੇ 132 ਗੋਲਡ ਜਿੱਤੇ ਸੀ, 92 ਸਿਲਵਰ ਸੀ, 65 ਬ੍ਰੌਂਜ਼ ਮੈਡਲ ਸੀਗੇ ਤੇ ਟੋਟਲ 299 ਬੰਦੇ ਸੀ। ਹਾਂਜੀ, ਦੂਜੇ ਨੰਬਰ ਤੇ ਜਪਾਨ ਸੀਗਾ, 74 ਗੋਲਡ ਮੈਡਲ ਸੀ, 56 ਸਿਲਵਰ ਸੀਗੇ ਤੇ 74 ਬ੍ਰੌਂਜ਼ ਮੈਡਲ ਸੀ, 207 ਮੈਡਲ ਨਾਲ ਦੂਜੇ ਸਥਾਨ ਤੇ ਰਿਹਾ ਜਪਾਨ। ਹਾਂਜੀ, ਸਾਊਥ ਕੋਰੀਆ 59 ਮੈਡਲ ਗੋਲਡ ਮੈਡਲ ਸੀ, 57 ਸਿਲਵਰ ਮੈਡਲ ਸੀ, 70 ਬ੍ਰੌਂਜ਼ ਮੈਡਲ ਸੀ, 176 ਨਾਲ ਤੀਜੇ ਨੰਬਰ ਤੇ ਰਿਹਾ। ਇਹ ਕੁਸ਼ਚਨ ਬਣਦਾ ਹੁੰਦਾ ਹੈ ਕਿ 18ਵੀਂ ਜਿਹੜੀਆਂ ਏਸ਼ੀਅਨ ਗੇਮਾਂ ਹੋਈਆਂ ਸਨ, ਪਹਿਲੇ ਨੰਬਰ ਤੇ ਕੌਣ ਸੀਗਾ? ਏਸ਼ੀਆ, ਦੂਜੇ ਨੰਬਰ ਤੇ ਜਪਾਨ, ਤੀਜੇ ਨੰਬਰ ਤੇ ਸਾਊਥ ਕੋਰੀਆ। ਹਾਂਜੀ, ਇਹ ਯਾਦ ਰੱਖਿਆ ਜੀ, ਇੰਡੀਆ ਕਿੰਨੇ ਨੰਬਰ ਤੇ? 8ਵੇਂ ਨੰਬਰ ਤੇ ਇੰਡੀਆ ਸੀਗਾ, 15 ਗੋਲਡ ਮੈਡਲ ਸੀ, 24 ਸਿਲਵਰ ਸੀਗੇ, 30 ਬ੍ਰੌਂਜ਼ ਮੈਡਲ ਸੀਗੇ, 69 ਨੰਬਰ, ਟੋਟਲ 69 ਮੈਡਲ ਸੀਗੇ। ਹਾਂਜੀ, ਕਿੰਨੇ ਨੰਬਰ ਤੇ ਸੀ ਇੰਡੀਆ? 8ਵੇਂ ਨੰਬਰ ਤੇ 18ਵੀਆਂ ਏਸ਼ੀਅਨ ਖੇਡਾਂ ਵਿੱਚ। ਹਾਂਜੀ, ਇੰਪੋਰਟੈਂਟ ਪੁਆਇੰਟਸ ਕਿਹੜੇ ਹੈਗੇ ਆ? ਭਾਰਤ ਦੀ ਤਰਫ ਤੋਂ ਕੀ ਸੀਗਾ? ਫਲੈਗ ਬੀਅਰ ਕੌਣ ਸੀਗਾ? ਫਲੈਗ ਬੀਅਰ ਕੌਣ ਸੀਗਾ? ਨੀਰਜ ਚੋਪੜਾ, ਜਿਹੜਾ ਕਿ ਇੱਕ ਜੈਵਲਿਨ ਥਰੋਰ ਹੈ, ਐਥਲੀਟ ਹੈਗਾ। ਕੌਣ ਸੀਗਾ? ਨੀਰਜ ਚੋਪੜਾ, ਭਾਰਤ ਦੀ ਉਦਘਾਟਨੀ ਸਮਾਰੋਹ ਤੇ ਓਪਨਿੰਗ ਸੈਰਾਮਨੀ ਤੇ ਫਲੈਗ ਬੀਅਰ ਨੀਰਜ ਚੋਪੜਾ ਸੀਗਾ। ਹਾਂਜੀ, ਰਾਣੀ ਰਾਮਪਾਲ ਫਲੈਗ ਬੀਅਰ ਕਲੋਜ਼ਿੰਗ ਸੈਰਾਮਨੀ ਤੇ, ਓਪਨਿੰਗ ਸੈਰਾਮਨੀ ਤੇ ਕੌਣ ਸੀ? ਨੀਰਜ ਚੋਪੜਾ ਫਲੈਗ ਬੀਅਰ, ਰਾਣੀ ਰਾਮਪਾਲ ਕਲੋਜ਼ਿੰਗ ਸੈਰਾਮਨੀ ਤੇ ਫਲੈਗ ਬੀਅਰ ਸੀ। ਇਹ ਹੀ ਪੁੱਛਦੇ ਹੁੰਦੇ ਹੈਗੇ ਆ ਕਿ ਓਪਨਿੰਗ ਸੈਰਾਮਨੀ ਤੇ ਕੌਣ ਸੀਗਾ? ਨੀਰਜ ਚੋਪੜਾ ਤੇ ਕਲੋਜ਼ਿੰਗ ਸੈਰਾਮਨੀ ਤੇ, ਸਮਾਪਨ ਸਮਾਰੋਹ ਤੇ ਰਾਣੀ ਰਾਮਪਾਲ ਫਲੈਗ ਬੀਅਰ ਸੀ 18ਵੀਆਂ ਏਸ਼ੀਅਨ ਗੇਮਾਂ ਵਿੱਚ। ਹਾਂਜੀ,
ਪਾਪ ਤੋਂ ਕੁੱਲ 572 ਅਥਲੀਟਾਂ ਨੇ 26 ਖੇਡਾਂ ਵਿੱਚ ਭਾਗ ਲਿਆ। ਪਾਪਲ ਕੋਲ ਕਿੰਨੇ ਅਥਲੀਟ ਭੇਜੇ ਸਨ? 572 ਅਥਲੀਟ ਭੇਜੇ ਸਨ, ਤੇ ਜਿਹਨਾਂ ਨੇ ਕੀ ਹੈ 26 ਖੇਡਾਂ ਚ ਭਾਗ ਲਿਆ। ਹਾਂਜੀ, ਸਭ ਤੋਂ ਘੱਟ ਉਮਰ ਦੇ ਅਥਲੀਟ, ਸਭ ਤੋਂ ਘੱਟ ਉਮਰ ਦੇ ਅਥਲੀਟ ਕੌਣ ਸਨ? ਜਿਹਨਾਂ ਨੇ ਕੀ ਹੈ 10 ਮੀਟਰ ਏਅਰ ਪਿਸਟਲ, ਸੌਰਵ ਚੌਧਰੀ, ਜਿਸ ਨੇ ਕੀ ਹੈ ਸੋਨ ਤਗਮਾ ਜਿੱਤਿਆ। ਸਭ ਤੋਂ ਛੋਟੀ ਉਮਰ ਦਾ ਪਲੇਅਰ ਕੌਣ ਸੀਗਾ? ਸੌਰਵ ਚੌਧਰੀ, ਜਿਸ ਨੇ ਕੀ ਹੈ 10 ਮੀਟਰ ਏਅਰ ਪਿਸਟਲ ਵਿੱਚ ਕੀ ਹੈ 10 ਮੀਟਰ ਏਅਰ ਪਿਸਟਲ ਵਿੱਚ ਕੀ ਹੈ ਸੌਰਵ ਚੌਧਰੀ ਨੇ ਕੀ ਹੈ ਗੋਲਡ ਮੈਡਲ ਜਿੱਤਿਆ। ਹਾਂਜੀ, ਜਪਾਨ ਦੀ ਮਹਿਲਾ ਕਰਾਤ 67 ਸਾਲ ਤੇ ਪਹਿਲੀ ਵਾਰ ਮੋਸਟ ਮੋਸਟ ਵੈਲਿਊਏਬਲ ਪਲੇਅਰ ਦਾ ਖਿਤਾਬ ਜਿੱਤਿਆ। ਜਪਾਨ ਦੀ ਮਹਿਲਾ ਕਰਾਤ ਨੇ ਜਿਹੜੀ ਕਿ 67 ਸਾਲ ਚ ਪਹਿਲੀ ਵਾਰ ਕੀ ਆ ਮੋਸਟ ਵੈਲਿਊਏਬਲ ਪਲੇਅਰ ਦਾ ਖਿਤਾਬ ਜਿੱਤਿਆ। ਹਾਂਜੀ, ਜਿਸ ਨੇ ਛੇ ਸੋਨ ਤਗਮੇ ਨਿਕਾਕੋ ਏਕੀ ਦੇ ਨਾਮ ਦੇ ਦੋ ਚਾਂਦੀ ਦੇ ਤਗਮੇ ਹਾਸਲ ਕੀਤੇ, ਜਿਸ ਨੇ 6 ਸੋਨ ਤਗਮੇ ਨਿਕਾਕੋ ਏਕੀ ਦੇ ਨਾਮ ਦੇ ਦੋ ਚਾਂਦੀ ਦੇ ਤਗਮੇ ਹਾਸਲ ਕੀਤੇ। ਹਾਂਜੀ, ਹੁਣ ਆਪਾਂ ਗੱਲ ਕਰਦੇ ਜਿਹੜੀ ਪਹਿਲੀਆਂ ਏਸ਼ੀਅਨ ਗੇਮਾਂ ਹੋਈਆਂ ਸਨ। ਹਾਂਜੀ, ਕਿਹੜੀ ਏਸ਼ੀਅਨ ਗੇਮਾਂ ਕਦੋਂ ਹੋਈਆਂ ਸਨ? 1950 ਚ ਕਿੱਥੇ ਹੋਈਆਂ ਸਨ? ਨਿਊ ਦਿੱਲੀ। ਹੋਸਟ ਕਿਹਨੇ ਕਰੀਆਂ? ਇੰਡੀਆ ਨੇ, ਇੰਡੀਆ ਦੁਆਰਾ। ਇੰਡੀਆ ਦੀ ਰੈਂਕ ਕਿੰਨੀ ਸੀਗੀ? ਰੈਂਕ ਉਦੋਂ 2 ਨੰਬਰ ਸੀਗੀ। ਹੁਣ ਜਿੱਦਾਂ ਕੀ ਹੈ 18 ਚ ਆਪਣਾ 8ਵਾਂ ਰੈਂਕ ਹੈਗਾ ਇੰਡੀਆ ਦਾ। ਉਸ ਟਾਈਮ ਪਹਿਲੀ ਏਸ਼ੀਅਨ ਗੇਮਾਂ ਚ ਰੈਂਕ 2 ਸੀ। ਗੋਲਡ ਕਿੰਨੇ ਸਨ? 15 ਗੋਲਡ ਸਨ ਪਹਿਲੀ ਏਸ਼ੀਅਨ ਗੇਮਾਂ ਚ ਇੰਡੀਆ ਦੇ। 16 ਸਿਲਵਰ ਮੈਡਲ ਸਨ, 20 ਬਰੌਂਜ਼ ਸਨ। ਪਹਿਲੀਆਂ 1950 ਦੀਆਂ ਏਸ਼ੀਅਨ ਗੇਮ ਚ ਇੰਡੀਆ ਦੇ ਮੈਡਲ ਟੋਟਲ 51 ਸਨ, ਹੋਈਆਂ ਤਦ 1951 ਵਿੱਚ। ਹਾਂਜੀ, ਜਿਹੜੀਆਂ 1954 ਵਿੱਚ ਹੋਈਆਂ ਸਨ ਮਨੀਲਾ ਵਿੱਚ, ਉਹਦੇ ਚ ਆਪਣਾ ਰੈਂਕ ਹੈਗਾ ਸੀ 5 ਨੰਬਰ, 5 ਗੋਲਡ ਸਨ, 4 ਸਿਲਵਰ ਸਨ, 8 ਬਰੌਂਜ ਮੈਡਲ, ਟੋਟਲ ਮੈਡਲ 17 ਸਨ। ਹਾਂਜੀ, ਫਿਰ 1958 ਵਿੱਚ ਟੋਕੀਓ ਵਿੱਚ ਹੋਈਆਂ, ਉਹਦੇ ਚ ਟੋਕੀਓ ਕਰਾਈਆਂ ਕਿ ਮੈਨੂੰ ਜਪਾਨ ਨੇ। ਇੰਡੀਆ ਦੇ 3 ਗੋਲਡ ਮੈਡਲ ਸਨ, 10 3 ਨੰਬਰ ਰੈਂਕ ਸੀ ਆਪਣੀ, 10 ਗੋਲਡ ਮੈਡਲ ਸਨ। ਹਾਂਜੀ, 13 ਸਿਲਵਰ ਸਨ, 10 ਬਰੌਂਜ ਮੈਡਲ, ਟੋਟਲ 33 ਮੈਡਲ ਸਨ। ਇਹ ਆਪਣੀ ਸਿਟੀ ਵਾਈਜ਼ ਹੈ। ਬੈਂਕੋਕ ਵਿੱਚ ਹੋਈਆਂ ਵੀ ਥਾਈਲੈਂਡ ਵਿੱਚ ਆਈ ਸਨ। 1962 ਜਕਾਰਤਾ ਵਿੱਚ ਇੰਡੋਨੇਸ਼ੀਆ ਚ, ਤੇ 1966 ਚ ਬੈਂਕੋਕ ਥਾਈਲੈਂਡ ਵਿੱਚ, ਰੈਂਕ ਸੀ ਆਪਣੇ ਇੰਡੀਆ ਦਾ, 7 ਗੋਲਡ ਸਨ, 3 ਸਿਲਵਰ ਸਨ, 11 ਬਰੌਂਜ ਮੈਡਲ, ਟੋਟਲ 21 ਮੈਡਲ ਸਨ। ਹਾਂਜੀ, ਜਿਹੜੀਆਂ 1970 ਸਨ ਉਹ ਵੀ ਥਾਈਲੈਂਡ ਵਿੱਚ ਹੋਈਆਂ ਸਨ।
ਤੇ 1974 ਦੀਆਂ ਸ਼ਹਿਰਾਂ ਵਿੱਚ ਹੋਈਆਂ ਸਨ। 1978 ਦੀ ਹੋਈ ਬੈਂਕੋਕ ਵਿੱਚ ਆਈ। ਇਹ ਪੁੱਛਿਆ ਜਾਂਦਾ ਵਾਰ ਵਾਰ। 1982 ਦੀਆਂ ਨਵੀਂ ਦਿੱਲੀ, ਪਹਿਲਾਂ ਇੰਡੀਆ ਚ ਕਦੋਂ ਹੋਈਆਂ ਸੀ 1950 ਵਿੱਚ, 1982 ਦੀਆਂ ਦੂਜੀ ਵਾਰ ਇੰਡੀਆ ਵਿੱਚ ਹੋਈਆਂ। ਕਿੱਥੇ ਹੋਈਆਂ? ਨਵੀਂ ਦਿੱਲੀ। ਹੋਸਟ ਕਿਹਨੇ ਕਰਿਆ? ਇੰਡੀਆ ਨੇ। ਰੈਂਕ ਆਪਣਾ ਇੰਡੀਆ ਦਾ 5ਵਾਂ ਸੀਗਾ, 13 ਗੋਲਡ ਸਨ, 19 ਸਿਲਵਰ ਸਨ, 25 ਬ੍ਰੌਂਜ ਮੈਡਲ, ਟੋਟਲ 57 ਮੈਡਲ ਸਨ। ਇਹ ਸਾਰੀ ਤੁਹਾਨੂੰ ਮੈਡਲ ਕਰ ਲਈ ਹੈਗੀ ਹੈ। 1986 ਦੀਆਂ ਸਿਓਲ ਵਿੱਚ ਹੋਈਆਂ ਸਨ। ਸਾਊਥ ਕੋਰੀਆ ਰੈਂਕ 5ਵਾਂ ਸੀ ਇੰਡੀਆ ਦਾ, 5 ਗੋਲਡ ਮੈਡਲ, 9 ਸਿਲਵਰ, 23 ਬ੍ਰੌਂਜ, ਟੋਟਲ 37 ਮੈਡਲ ਸਨ। ਹਾਂਜੀ, ਇਹ ਬੀਜਿੰਗ ਚ ਹੋਈਆਂ ਸਨ। ਇੰਡੀਆ ਦਾ ਰੈਂਕ ਕਿੰਨਾ ਸੀਗਾ? 11ਵਾਂ ਸੀਗਾ। ਹਾਂਜੀ, ਅੱਗੇ ਤੁਸੀਂ ਯਾਦ ਕੀ ਰੱਖਣਾ? ਇਹ ਸਾਰੀ ਮੈਡਲ ਪਹਿਲੇ ਯਾਦ ਰੱਖਣੀ ਹੈ। 1994 ਦੀ ਹੀਰੋਸ਼ੀਮਾ ਵਿੱਚ ਹੋਈਆਂ ਸਨ, 1994 ਦੀਆਂ, ਫਿਰ ਬੈਂਕੋਕ ਚ, 2002 ਦੀਆਂ ਬੁਸ਼ਨ ਚ, 2006 ਦੀਆਂ ਦੋਹਾ ਵਿੱਚ। ਇਹ ਯਾਦ ਰੱਖਣਾ ਹੈਗਾ। 2018 ਚ ਜਕਾਰਤਾ ਦੀਆਂ ਤੇ ਹਾਂਗਯੋਗ, 2022 ਦੀਆਂ, 2026 ਦੀਆਂ ਨਗੋਆ ਵਿੱਚ ਹੋਣੀਆਂ, 2030 ਦੀਆਂ ਦੋਹਾ ਵਿੱਚ ਹੋਣੀਆਂ, 2034 ਦੀਆਂ ਰਿਆਦ ਵਿੱਚ। ਫਿਰ ਯਾਦ ਰੱਖਣ ਵਾਲੀ ਕਿਹੜੀ ਕਿਹੜੀ ਏਸ਼ੀਅਨ ਗੇਮਾਂ? 2018 ਦੀਆਂ, 2022 ਜਿਹੜੀ ਕਿ 22 ਦੀਆਂ ਚਾਈਨਾ ਵਿੱਚ ਹੋਈਆਂ ਸਨ, ਇੰਡੀਆ ਨੇ ਚਾਈਨਾ ਵਿੱਚ ਹੀ। ਦੋ ਹਜ਼ਾਰ 26 ਦੀਆਂ ਨਗੋਆ ਵਿੱਚ ਹੋਣੀਆਂ, ਜਪਾਨ ਚ, 2030 ਦੀਆਂ ਦੋਆ ਕਤਰ ਚ ਹੋਣੀਆਂ, 2034 ਦੀਆਂ ਰਿਆਦ ਸਾਊਦੀ ਅਰਬ ਵਿੱਚ। ਇਹ ਚਾਰ ਤੁਸੀਂ ਯਾਦ ਰੱਖ ਕੇ ਜਾਣੀ ਹੈ, 1, 2, 3, 4, 5 ਪੰਜ ਨੰਬਰ ਤੁਸੀਂ ਯਾਦ ਰੱਖ ਕੇ ਜਾਣੇ ਹੈ। 2026 ਕਿੱਥੇ ਹੋਣੀਆਂ? ਨਗੋਆ ਵਿੱਚ, ਜਪਾਨ ਵਿੱਚ, 2030 ਦੀਆਂ ਦੋਆ ਚ, 2034 ਦੀਆਂ ਰਿਆਦ ਵਿੱਚ। ਹਾਂਜੀ, ਅੱਜ ਦਾ ਆਪਣਾ ਲੈਕਚਰ ਏਸ਼ੀਅਨ ਗੇਮ ਤੇ ਇੰਨਾ ਸੀਗਾ। ਮੈਂ ਉਮੀਦ ਕਰਦਾ ਤੁਹਾਨੂੰ ਸਮਝ ਆਈ ਹੋਣੀ ਹੈ। ਤੇ ਕੱਲ ਤੋਂ ਆਪਾਂ ਕਰਨਾ ਕਾਮਨਵੈਲਥ ਗੇਮ ਦਾ ਜੀ। ਜਿੱਦਾਂ ਤੁਹਾਨੂੰ ਲੈਕਚਰ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਣਾ। ਥੈਂਕ ਯੂ।